ਵੈਲਕਮ ਜੀ ਐਂਡ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਾਬ। ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਰੇਡੀਓ ਸਾਡਿਆਲਾ, ਰੇਡੀਓ ਸਾਡਿਆਲਾ। ਔਰ ਮੇਰੇ ਬਹੁਤ ਹੀ ਪਿਆਰੇ ਦੋਸਤ ਨੇ ਅਮੈਰੀਕਾ ਵਿੱਚ ਨੇ, ਡਾਕਟਰ ਦਿਲਪ੍ਰੀਤ ਸਿੰਘ ਸਾਹਨੀ। ਡਾਕਟਰ ਦਿਲਪ੍ਰੀਤ ਸਿੰਘ ਸਾਹਨੀ ਜਿਹੜੇ ਨੇ ਖੋਖਰੈਂਡ ਦੀਆਂ ਜਿਹੜੀ 9 ਕਲੈਨਸ ਨੇ ਉਹਨਾਂ ਦੇ ਵਿੱਚੋਂ ਨੇ। ਅਸੀਂ ਬਲਕਸਰ ਤੋਂ ਟੋਟਲ 3 ਕਿਲੋਮੀਟਰ ਦੇ ਫਾਸਲੇ 'ਤੇ ਪਿਪਲੀ ਜਗ੍ਹਾ ਜਾਂ ਪਿਪਲਾਂ ਜਗ੍ਹਾ ਉੱਥੇ ਆ ਕੇ ਅਸੀਂ ਬੈਠੇ ਹੋਏ ਹਾਂ। ਔਰ ਸਾਨੂੰ ਪਤਾ ਲੱਗਾ ਸੀ ਬਲਕਸਰ ਦੀ ਵਿਜ਼ਿਟ ਦੇ ਦੌਰਾਨ ਕਿ ਇੱਥੇ ਇੱਕ ਬਾਬਾ ਜੀ ਮੌਜੂਦ ਨੇ ਜਿਨ੍ਹਾਂ ਦੀ ਉਮਰ 111 ਸਾਲ ਹੈ। ਅਸੀਂ ਆਪਣੀ ਅੱਖਾਂ ਨਾਲ ਦੇਖਿਆ ਕਿ ਬਾਬਾ ਜੀ ਦੁਕਾਨ ਵੀ ਚਲਾ ਰਹੇ ਨੇ। ਪਿੱਛੇ ਤੁਸੀਂ ਅਗਰ ਸ਼ੋਪ ਦੇਖੋ ਤਾਂ ਬਾਬਾ ਜੀ ਦੀ ਆਪਣੀ ਦੁਕਾਨ ਹੈ, ਇਹ ਜਨਰਲ ਸਟੋਰ ਰਨ ਕਰ ਰਹੇ ਨੇ। ਔਰ ਦੱਸ ਰਹੇ ਨੇ ਕਿ 47 ਵੇਲੇ ਮੈਂ ਜਿਹੜੇ ਇੱਥੇ ਦੁਕਾਨਦਾਰ ਸਨ, ਜਿਹੜੇ ਖੱਤਰੀ ਸਨ, ਸਾਣੀ ਸਨ, ਉਹਨਾਂ ਦੇ ਨਾਲ ਮੈਂ ਦੁਕਾਨਦਾਰੀ ਕਰਦਾ ਰਿਹਾ। ਅਮੇਜ਼ਿੰਗ ਯਾਰ, ਆਖਰ ਕੋਈ ਤਾਂ ਬੰਦਾ ਐਸਾ ਸਾਨੂੰ ਮਿਲ ਗਿਆ ਜਿਹੜਾ ਕਿ ਅਸੀਂ ਚਾਹੁੰਦੇ ਸਾਂ ਕਿ ਸਾਨੂੰ ਵਿਛੋੜੇ ਦੇ ਮੁਤਲਕ, ਗਦਰ ਦੇ ਮੁਤਲਕ, 47 ਦੇ ਮੁਤਲਕ ਕੁਛ ਨਾ ਕੁਛ ਦੱਸ ਸਕਣ, ਉਹ ਟਰੁੱਥ ਦੱਸਣ, ਬਿਟਰ ਟਰੁੱਥਸ ਆਫ 1947, 47 ਦੇ ਬਾਰੇ 'ਚ ਗੱਲ ਕਰ ਸਕਣ। ਤਾਂ ਸੋ ਆਪਾਂ ਗੱਲ ਕਰਦੇ ਹਾਂ ਇਹਨਾਂ ਕੋਲੋਂ, ਇਹਨਾਂ ਦਾ ਪਹਿਲਾਂ ਪੂਰਾ ਨਾਮ ਪੁੱਛਦੇ ਹਾਂ, ਫਿਰ ਇਹਨਾਂ ਦਾ ਅੱਗੜ ਵਿਛੜ ਜਿਹੜਾ ਤੁਹਾਨੂੰ ਉਹ ਵੀ ਦੱਸਾਂਗੇ ਕਿ ਵੀ ਇਹਨਾਂ ਦਾ ਕਿੰਨਾ ਐਕਸਪੀਰੀਅੰਸ ਹੈ ਜਿਹੜਾ ਕਿ ਉਹਨਾਂ ਨੇ 47 ਤੋਂ ਪਹਿਲੇ ਕੀਤਾ ਔਰ ਬਾਅਦ ਦੇ ਵਿੱਚ ਵੀ। ਜਿਹੜੀ ਆਈ ਬੱਲਾਂ ਵਿੱਚ, ਬਲਕਸਰ ਵਿੱਚ ਕਿਸ ਦੀ ਆਈ? ਕੱਪੜੇ ਦੁਕਾਨ ਤਾਂ ਆਈ ਨਾ, ਇਸੇ ਬਿਸ਼ਨਦਾਸ ਹੈ ਜੀ, ਹੋਰ ਦੁਕਾਨ ਕੱਪੜੇ ਦੀ ਆਈ ਕੋਈ ਨਾ। ਪਿੱਛੇ ਜਾਈਏ ਤਜਾਰਤੀ ਦੁਕਾਨਾਂ, ਤਜਾਰਤੀ ਦੁਕਾਨਾਂ ਮੁੱਲ ਆਈਆਂ। ਇਹ ਮੈਂ ਕਿਹਾ ਤੁਹਾਨੂੰ ਦੱਸਿਆ ਬਈ ਸ਼ਹਿਰ ਅਗਰ ਆਇਆ ਤਾਂ ਬਲਕਸਰ ਅਤੇ ਜਾ ਬੋਣ, ਇਹ ਦੋ ਸ਼ਹਿਰ ਆ। ਅੱਗੇ ਤੁਸੀਂ ਉਸਦਾ ਜਿਹੜਾ ਪੁੱਤਰ ਸੀ ਸਰਦਾਰ ਬਿਸ਼ਨ ਦਾ ਪੁੱਤਰ, ਜਾਣਦੇ ਹੋ ਉਹਨੂੰ? ਨਹੀਂ ਨਹੀਂ। ਜਿਹੜੇ ਨਾਮਵਰ ਬੰਦੇ ਉਹਨਾਂ ਦਾ ਕੀ ਨਾਮ ਆਈ? ਸਿੱਖਾਂ ਦਾ, ਸਿੱਖਾਂ ਦਾ ਮੈਂ ਦੱਸਿਆ ਹੀ ਪਿਆ ਵਾ, ਇੱਕ ਤਾਂ ਕੋਹਲੀਆ ਉਹ ਦੁੱਧ ਦਾ ਕੰਮ ਕਰਦਾ ਆ, ਠੀਕ ਹੈ, ਇੱਕ ਪਲੇਮ ਆਇਆ, ਹਰਨਾਮ ਆਇਆ, ਜੋਧਾ ਆ, ਸਮਝਿਓ ਪਏ ਕਿ ਜਿਹੜੇ ਜੋਧਾ ਤੇ ਪਰੇਮਾ ਇਹਦਾ ਦੀ ਪੋਤਰੀ ਹੈ ਸਖੀ ਨਾਏ। ਤੇ ਜਿਹੜਾ ਹੁਣ ਸਰਦਾਰ ਬਿਸ਼ਨ ਨਹੀਂ ਹੈ, ਸਰਦਾਰ ਬਿਸ਼ਨ ਜਿਹੜਾ ਨਾ, ਬਿਸ਼ਨਦਾਸ, ਬਿਸ਼ਨਦਾਸ ਉਹਦਾ ਪੋਤਰਾ ਆਈ ਅਮਰੀਕਾ। ਅੱਛਾ, ਉਹ ਆਂਦਾ ਪਿਆ ਦੂਏ ਮਹੀਨੇ ਵਿੱਚ ਆ ਸੀ। ਅੱਛਾ, ਉਹ ਕਹਿੰਦਾ ਮੈਂ ਆਪਣੇ ਦਾਦੇ ਦਾ ਗ੍ਰਾਂ ਤੱਕਣਾ। ਅੱਛਾ, ਹਾਂ, ਉਸ ਮੈਨੂੰ ਕਿਹਾ ਕਿ ਵੀ ਮੈਨੂੰ ਚੰਗੇ ਅਮੀਰ ਚੋਖੇ ਅਮਰੀਕਾ ਵਿੱਚ, ਉਹਨਾਂ ਦੇ ਬੜੇ ਕਾਰੋਬਾਰ, ਡਾਕਟਰ ਲੱਗਾ ਪਿਆ। ਮੈਂ ਵਹਿਣਾ ਉਹਨਾਂ ਕੋਲ ਬਚਰੀਆ ਨੇ ਪੋਤਰਾ। ਅੱਛਾ, ਮੈਨੂੰ ਦੱਸੋ ਕਿ ਜਿਹੜੇ ਇੱਥੋਂ ਗਏ ਲੋਕ, ਉਹਨਾਂ ਵਿੱਚੋਂ ਕਦੀ ਕੋਈ ਪਰਤ ਕੇ ਵੀ ਆਇਆ ਵਾਪਸ? ਕਿਹੜਾ ਬਲਾ? ਕੋਈ ਵੀ ਕੋਈ ਵਾਪਸ ਆਏ ਨੇ, ਮਿਲਣਾ ਨੇ ਦੁਬਾਰਾ? ਉਹ ਜਿਹੜੇ ਮਤਲਬ ਇੱਥੋਂ ਗਏ ਨੂੰ ਨਹੀਂ, ਸੁਆ ਨਹੀਂ ਮਿਲੇ, ਲੇਕਿਨ ਆਏ ਨੂੰ ਮੈਂ ਨਹੀਂ ਮਿਲੇ। ਜਿੱਤੀਆਂ ਕੁਈਆਂ ਆਈਆਂ ਨੇ ਸਿੱਖ ਆਈਆਂ, ਇਹਦੇ ਪਿਓ ਕੋਲ ਆਈਆਂ, ਉਹ ਮੈਂ ਦੱਸਿਆ। ਜੇ ਇਹਨਾਂ ਲੋੜ ਪਾਉਂਦੀ ਆ, ਇਹਨਾਂ ਸਾਡੀ ਬਿਰਾਦਰੀ ਹੈ, ਭੁੱਖੇ ਤਸੇ ਜਿਹੜੇ ਆਉਂਦੇ, ਹਨੂਰਿਆ ਹਨੂਰਿਆ, ਉਹ ਫਲਾਣੀ ਕੁੰਜੀਆਂ ਮੈਂ ਲੱਭਾ, ਉਹਨਾਂ ਕੁੰਜੀਆਂ ਗਈਆਂ, ਉਹਨਾਂ ਲੁੱਟ ਲੱਟ ਕਰ ਲਿਆ, ਕੁੰਜੀ ਵਗਾ ਕੇ ਭਰ ਮਾਰ। ਘਰਾਂ 'ਚ ਜਦੋਂ ਲੋਕ ਗਏ, ਘਰ ਲੁੱਗੇ ਛੋੜ ਕੇ ਗਏ ਜਾਂ ਸਮਾਨ ਨਾ ਭਰੇ ਵੇ? ਆਪਣੀਆਂ ਜਾਨਾਂ ਗਿਣ ਕੇ ਗਏ, ਮਸਾਂ ਸਮਾਨ ਕਿਦੋਂ ਗਿਣ ਕੇ ਗਏ। ਕਿਤਨੀਆਂ ਜ਼ਮੀਨਾਂ ਆਈਆਂ ਇੱਥੇ ਉਹਨਾਂ ਦੀਆਂ? ਜ਼ਮੀਨ ਸਿੱਖਾਂ ਦੀ ਬਹੁ ਆ ਗਈ ਇੱਥੇ ਬੇਹੱਦ, ਉਹ ਬਦਮਾਇਰਾਂ ਸਾਮੀ ਹਨ ਜਿਹੜੇ ਹਰਿਆਣੇ ਤੋਂ ਆਏ ਤੇ, ਹਾਂ ਹਾਂ, ਉਧਰ ਜਿਹੜੇ ਆਏ ਨਾ, ਉਹਨਾਂ ਬਸ ਸਾਮੀ ਹਨ ਉਹਨਾਂ ਕੋਲ, ਕਿਉਂਕਿ ਬੱਦਲ ਤੋਂ ਕਈ ਆਖਿਆ ਮੈਂ ਨਹੀਂ ਇੱਥੇ ਵਿਗੇ ਉੱਦਾਂ ਆਈ, ਕਈ ਆਖਿਆ ਨਹੀਂ ਵਿਗਿਆ ਇੱਥੇ, ਬਸ ਉਹ ਸਿੱਖਾਂ ਦੀ ਜਾ ਉਹਨਾਂ ਦਿੱਤੀ ਗਈ। ਜੇ ਤੁਹਾਡੇ ਨਾਲ ਜਿਹੜੇ ਜਿਨ੍ਹਾਂ ਨਾਲ ਕੋਲ ਤੁਸੀਂ ਕੰਮ ਕਰਨੇ ਹੋ ਦੁਕਾਨਾਂ 'ਤੇ, ਅਗਰ ਕੋਈ ਜ਼ਿੰਦਾ ਹੋਵੇ, ਤੁਹਾਨੂੰ ਮਿਲਣਾ ਚਾਹਵੇ,
ਤੁਹਾਨੂੰ ਮਿਲ ਸੋ ਜਿਹੜਾ ਬੰਦਾ ਦੁਕਾਨਾਂ ਤੇ ਜਿੰਨਾਂ ਨਾਲ ਮੈਂ ਕੰਮ ਕਰਦਾ ਰਿਹਾ ਵੇਖੋ ਨਾ ਜੀ ਹੁਣ ਮਿਸਾਲ ਹੈ ਮੈਂ ਅੱਜ ਵਿੱਚੀ ਉਮਰ ਦਾ ਸੀਗਾ ਕਈ ਬੰਦਿਆਂ ਹੁੰਦੇ ਤਾਂ ਦਿਨ ਬਾਅਦ ਨਾ ਉਧਰ 120 ਵੀ ਸਾਲ ਦੇ ਵੀ ਜ਼ਿੰਦਾ ਹਨ ਬੜਾ ਬਹੁ ਨੋ ਹੈਨ ਜ਼ਿੰਦਾ ਨੇ ਡੇਢ ਸੌ ਸਾਲ ਦੇ ਤਾਂ ਹੀ ਤੋਂ ਆਖਦੇ ਨੇ ਕਿ ਸਾਨੂੰ ਬੱਲੇ ਨੇ ਗੱਲ ਸੁਣਾਓ ਬੱਲੇ ਨੇ ਕਿਹੜਾ ਕਿਹੜਾ ਕੋਈ ਜ਼ਿੰਦਾ ਹੈ ਸਾਡੀ ਗੱਲ ਕਰਾਓ ਬੱਲੇ ਕਈ ਬੰਦੇ ਮੈਂ ਸੁਣਦਾ ਸਾਂ ਸਾਹਮਣੇ ਮਿਲਣ ਚੇਚੇ ਮੈਂ ਬਾਬਾ ਜੀ ਅਸੀਂ ਸਾਂ ਮਿਲਣ ਆਇਆ ਅੱਜ ਵੀ ਤੁਸੀਂ ਆਡੇ ਕਿਉਂ ਜਾਡੇ ਅੱਗੇ ਪਿੱਛੇ ਸਾਲ ਛੋੜ ਗਏ ਆਡੇ ਹੋਈਆਂ शरीफाना वक्त हूं वक्त चलाकी जी खांदा जिस को है उसे सजनो जिस को दुश्मन ਤੇ ਜਿਹੜੀ ਤਲਕਦਾਰੀ ਆਈ ਦੋਸਤੀ ਆਈ ਤੁਸੀਂ ਤਾਂ ਉਹਨਾਂ ਦੇ ਨਾਲ ਕੰਮ ਕਰਦੇ ਰਹੇ ਉਹਨਾਂ ਦੀਆਂ ਦੁਕਾਨਾਂ ਉੱਤੇ ਤੁਹਾਡੇ ਨਾਲ ਕਿਵੇਂ ਦਾ ਰਵੱਈਆ ਕਿਵੇਂ ਦਾ ਵਿਹਾਰ ਕਰਦੇ ਸਨ ਮੈਂ ਦੱਸਿਆ ਨਾ ਬਾਬਾ ਮੈਂ ਉਹਨਾਂ ਕਈ ਅਰਸੇ ਕੰਮ ਕੀਤਾ ਕਮ ਅਜ ਕਮ ਵੀ 5-6 ਸਾਲ ਮੈਂ ਉਹਨਾਂ ਨਾਲ ਕੰਮ ਕੀਤਾ ਜਾਣੋ ਦਾਰੀ ਸਿੱਖਾਂ ਜੀ ਮੈਂ ਕਹਿੰਦੀ ਨਹੀਂ ਸਮਝੀ ਅਸੀਂ ਮੁਸਲਮਾਨ ਵੀ ਹਾਂ ਜਣੇ ਵੀ ਚੰਗੇ ਹਾਂ ਬੰਦੇ ਵੀ ਚੰਗੇ ਹੈ ਪਰ ਸਿੱਖਾਂ ਜੀ ਚੀਜ਼ਾਂ ਨੂੰ ਦਾਰੀ ਮੈਂ ਨਹੀਂ ਦੇਖੀ ਇੱਕ ਹੋਰ ਗੱਲ ਦੱਸੋ ਕਿ ਜਦੋਂ ਉੱਥੋਂ ਗਏ ਨੇ ਤੇ ਜਿਹੜੀਆਂ ਦੁਕਾਨਾਂ ਸੀ ਉਹ ਸਮਾਨ ਦੀਆਂ ਭਰੀਆਂ ਹੋਈਆਂ ਸੀ ਜੀ ਦੁਕਾਨਾਂ ਭਰੀਆਂ ਪਈਆਂ ਸੀ ਸਮਾਨ ਦੀਆਂ ਜਿਹੜੇ ਟੁਰੇ ਤੇ ਜੇ ਟੁਰੇ ਨਾ ਜਿਹੜੇ ਟੁਰੇ ਉਸ ਗੱਦਰ ਪਿਆ ਜਦੋਂ ਬਿਲਜੀ ਗੱਦਰ ਪਿਆ ਤੇ ਦੁਕਾਨਾਂ ਜੀ ਕੁਣਾਈਆਂ ਜੋ ਜੋ ਪਹਿਲੇ ਤਾਂ ਮਤਲਬ ਚੀਜ਼ਾਂ ਲੈਂਦੇ ਦਿੰਦੇ ਰਹਿਣ ਨਾ ਤੇ ਜਿਹੜੇ ਗੱਦਰ ਬਣਿਆ ਨੇ ਜਿਹੜੇ ਲੱਗਾ ਮੈਂ ਸੁਣ ਦੱਸਿਆ ਬਸ ਸਾਂ ਪਤਾ ਲੱਗਾ ਬਾ ਮੁਸਲਮਾਨਾਂ ਕੋਈ ਨਹੀਂ ਪਿਆਉਂਦਾ ਇੱਦਾਂ ਵੀ ਬਾਤ ਅਸਾਂ ਸ਼ੁਰੂ ਕਰ ਦਿੱਤਾ ਟੱਪਣ ਟੁੱਕਣਾ ਦੇਖਿਆ ਪਰ ਕੋਈ ਨਹੀਂ ਤੁਸੀਂ ਅੱਖਾਂ ਨਾਲ ਨਹੀਂ ਦੇਖਿਆ ਅੱਖਾਂ ਨਾਲ ਸਿਰਫ ਸੁਣਿਆ ਹਾਂ ਸੁਣਿਆ 100 ਬੰਦਿਆਂ ਕੋਲ ਇੰਟਰਵਿਊ ਲਿਆ ਉਹਨਾਂ ਇਹੀ ਗੱਲ ਕਹੀ ਅਸੀਂ ਦੱਕਿਆ ਕੋਈ ਨਹੀਂ ਅਸੀਂ ਸਿਰਫ ਸੁਣਿਆ ਸੁਣਿਆ ਨਹੀਂ ਟੱਕਿਆ ਕੋਈ ਚਕਵਾਲ ਵੀ ਗੱਡੀ ਕੱਟੀ ਇਹਨਾਂ ਫਿਰ ਆ ਜੀ ਜੀ ਚਕਵਾਲ ਗੱਡੀ ਕੱਟੀ ਉਹਨਾਂ ਕਿਹਾ ਜੀ ਮੰਦਰੇ ਵੀ ਗੱਡੀ ਲੱਤਾਂ ਬਾਹਾਂ ਕੱਟ ਕੇ ਗੱਡੀਆਂ ਤੇ ਉਹਨਾਂ ਪੁੱਛਿਆ ਕਿ ਵੀ ਕਿਉਂ ਕੱਟੀਆਂ ਉਹਨਾਂ ਕਿਹਾ ਅਸੀਂ ਸੁਣਿਆ ਸੀ ਉਹਨਾਂ ਕਿਹਾ ਦੇਖਿਆ ਕਹਿੰਦੇ ਦੇਖਿਆ ਕਿਸੇ ਵੀ ਇਹ ਸੁਣੀ ਸੁਣਾਈ ਸ਼ਰਾਰਤ ਹੋਈ ਨਾ ਫਿਰ ਇਹ ਸਿਰਫ ਸ਼ਰਾਰਤ ਹੋਈ ਫਿਰ ਤੇ ਇੱਕ ਗੱਲ ਹੋਰ ਮੈਨੂੰ ਇਹ ਦੱਸੋ ਕਿ ਉਸ ਵੇਲੇ ਘਰਾਂ ਦੇ ਦਰਵਾਜ਼ੇ ਕੋਈ ਨਹੀਂ ਸੌਂਦੇ ਬਹੁਤ ਛੋਟੇ ਦਰਵਾਜ਼ੇ ਹੁੰਦੇ ਹਨ ਖੰਗੂਰਾ ਮਾਰ ਕੇ ਆਵਾਜ਼ ਦੇ ਕੇ ਚਲੇ ਬਹਿਣਾ ਸਿੱਖਾਂ ਦੀ ਹੁੰਦੀ ਆਏ ਦਰਵਾਜ਼ੇ ਸਿੱਖਾਂ ਦੀ ਹੁੰਦੀ ਆਏ ਅੱਛਾ ਬੜੇ ਬਾਇਜ਼ੋਤ ਆਏ ਸਿੱਖ ਬੜੇ ਬਾਇਜ਼ੋਤ ਆਏ ਆ ਸਾਡੇ ਦਰਵਾਜ਼ੇ ਸ਼ਰਵਾਜ਼ੇ ਕੋਈ ਨਾ ਹੁੰਦੇ ਆ ਸਾਡੇ ਇੰਜ ਕਹਿੰਦੇ ਜਾਂ ਡੇਂਗਰੀ ਬੋਇਆ ਕੇ ਸਾਡ ਛੋੜਨੀ ਹੈ ਤੇ ਜਾ ਕੋਈ ਇਹ ਰਾਜਾ ਤਾਗ ਜੇ ਪੀਣਾ ਦਾ ਅੱਛਾ ਕੋਈ ਬਚਪਨ ਦੀ ਯਾਦ ਆਪਣੇ ਜਦੋਂ ਤੁਸੀਂ ਬਿਲਕੁਲ ਨਿੱਕੇ ਹੁੰਦੇ ਹੋ ਉਸ ਵੇਲੇ ਦੀ ਕੋਈ ਯਾਦ ਤੁਹਾਡੇ ਮਨ ਵਿੱਚ ਹੋਵੇ ਕੋਈ ਗੱਲ ਜ਼ਿਹਨ ਵਿੱਚ ਹੋਵੇ ਜਿਹੜੀ ਤੁਹਾਨੂੰ ਅੱਜ ਵੀ ਯਾਦ ਆਉਂਦੀ ਹੈ ਜਿਸ ਵੇਲੇ ਤੁਸੀਂ ਨਜ਼ਰ ਦੌੜਾਉਂਦੇ ਹੋ ਇਹਨਾਂ ਬੱਲਿਆਂ ਦੇ ਨੇੜੇ ਨੇੜੇ ਬਲਕਸਰ ਦੇ ਨੇੜੇ ਕਿਹੜੀ ਗੱਲ ਤੁਸਾਂ ਸਭ ਤੋਂ ਜ਼ਿਆਦਾ ਯਾਦ ਆਉਂਦੀ ਕਿਹੜੀ ਯਾਦ ਚੰਗੀ ਆਈ ਯਾਦ ਹੈ ਨਹੀਂ ਨਹੀਂ ਕਿਹੜੀ ਚੀਜ਼ ਯਾਦ ਆਉਂਦੀ ਉਸ ਵੇਲੇ ਦੀ ਇਸ ਵਾਸਤੇ ਮੈਂ ਜਿਹੜੀ ਗੁਜ਼ਾਰਿਸ਼ ਸੁਣਨਾ ਕੀਤੀ ਹੈ ਨਾ ਪਹਿਲਾਂ ਬਾ ਬਲਕਸਰ ਸ਼ਹਿਰ ਤੇ ਭਵਨ ਸ਼ਹਿਰ ਭਵਨੀ ਗੱਡੀ ਆਉਂਦੀ ਆਈ ਭਵਨੀ ਉਹ ਸ਼ਹਿਰ ਉਸ ਮੁਕਾਬਲੇ ਸ਼ਹਿਰ ਅੱਜ ਚਕਵਾਲ ਵੀ ਨੇ ਤਲਗਾਮ ਵੀ ਨੇ ਹੱਕੀ ਗੱਲ ਭਵਨਾ ਜਿਹਾ ਕੋਈ ਨਹੀਂ ਬਲਕਸਰ ਇਹ ਜਿਹਾ ਸ਼ਹਿਰ ਆ ਇਸ ਮੁਕਾਬਲੇ ਸ਼ਹਿਰ ਅੱਜ ਵੀ ਕੋਈ ਨਹੀਂ ਤੁਸੀਂ ਸੁਣਿਆ ਸ਼ੇਰ ਵੀ ਬੜੇ ਪਿਆਰੇ ਸੁਣਾਉਂਦੇ ਹੋ ਕੋ ਤੁਸੀਂ ਕਹਿੰਦੇ ਸਨ ਬਾਕੀ ਸੇ ਦੱਸਿਆ ਨਾ ਸਾਨੂੰ ਅਸਾਂ ਬੜੀ ਦੂਰੋਂ ਸੁਣ ਕੇ ਆਏ ਹਾਂ ਅੱਜ ਅਸੀਂ ਇਸਲਾਮਾਬਾਦ ਤੋਂ ਕਿਤਨੀ ਦੂਰੋਂ ਆਏ ਮੀਆਂ ਮੁਹੰਮਦ ਬਖਸ਼ ਸਾਹਿਬ ਦਾ ਕਲਾਮ ਵੀ ਸੁਣਿਆ ਬੜਾ ਪਿਆਰਾ ਪੜ੍ਹਦੇ ਹੋ ਸੁਣਾ ਛੋੜੋ ਇਤਨੀ ਦੂਰੋਂ ਸੁਣਨ ਵਾਸਤੇ ਆਏ ਹਾਂ ਅਸੀਂ ਦੱਸ ਕਹਿਣਾ ਦੱਸਿਆ ਵਾ ਮੈਂ ਉਹ ਵੇਲੀਆਂ ਗੱਲਾਂ ਕਰੇ ਨਾ ਵੇਲੀਆਂ ਜਿਹੜੀ ਸਾਨੂੰ ਪਸੰਦ ਹੈ ਤੁਸੀਂ ਜਿਹੜੀ ਵੇਲੀਆਂ ਕਰਸੋ ਉਹ ਵੀ ਸੁਣ ਚਾਹਾਂ ਕਿਉਂਕਿ ਵੇਲੀ ਬੈਠਿਆਂ ਦਾ ਘਰ ਰੋਟੀ ਖਾਣੇ ਆ ਨਾ ਪਏ ਆਪਣੇ ਵੱਲ ਫੇਵਰ ਦੀ ਗੱਲ ਕਰਦਾ ਰਿਹਾ ਹਰ ਗੱਲ ਆਪਣੇ ਵੱਲ ਫੇਵਰ ਦੀ ਬੱਚਿਆਂ ਇਹ ਗੱਲ ਦੱਸੀਏ ਭਾਈ ਇੱਕ ਗੱਲ ਮੈਂ ਸੁਣ ਰੋਟੀ ਖਾਣੇ ਆ ਹਾਂਜੀ ਦੱਸੋ ਮੈਂ ਆਖਿਆ ਵੀ ਗੱਲ ਸਮਝ ਜਿਹਨੂੰ ਕਿਹੜੀ ਘਰ ਮਾਈ ਬਾਪ ਬੁੱਢਾ ਹੋਵੇ ਉਹਨਾਂ ਤੋਂ ਨਾ ਘਬਰਾਇਆ ਕਰ ਅਗਰ ਉਸ ਸ਼ਖਸ ਮਜ਼ਾਜੀ ਦੀ ਗੱਲ ਕਰਦੇ ਉਹਨਾਂ ਨੂੰ ਅਮਨ ਸਕੂਨ ਕੋਲ ਬਹਿ ਕੇ ਸਮਝਾਇਆ ਕਰ ਅਗਰ ਉਹ ਬਿਮਾਰ ਹੋ ਗਏ ਨੇ
तो डॉक्टर नु घर सद के उन्होंने इलाज कराया कर तो गिंद बाद उन्हें को घर नु खूब सजाया कर। माशाल्लाह जी माशाल्लाह। ये तो सुनना चाहने सी तो मियाँ साहब दे दो बोल सुना दियो सानू। मियाँ साहब दे हुण मैं सान की सुना, मैं हुण एडा होश ही कोई नहीं। जिस वेले फरिश्ता सिर लगा ना फरिश्ता उसले कोई शह नजर नहीं आती, कहीं हर शह अन्नी हो पैंती है। मुल्कुल मौत आ पैना, मौत आ पैंती। होया कि सरकार का टाइम मियाँ मोहम्मद साहब की एक कुरान शरीफ जी की एक किताब है तो सवाब सुनना सवाब है। मियाँ मोहम्मद साहब फकर है दुनियादार, मियाँ मोहम्मद नूर मोहम्मद भाई है ना, तो मियाँ मोहम्मद साहब फकर है तो नूर मोहम्मद दुनियादार है। कोई एक बोल उन्होंने आ जाए, एक बोल सुना देना हिजरा जहा। एक दिन करे शिकार शिकारी बारी अंदर आया, रुख घने की छाव उत्ते उसने डेरा लाया, रुख घने की छाव उत्ते उसने डेरा लाया, थले बाज उत्ते शिकार नहीं थले उत्ते बाज थले शिकारू विच बैठी गुग्गी। गुग्गी आख्या रब्बा बचन नहीं आज कुछ मेरा, मैं चोग जल्दी चुगी, जे रब रखन उतावे तुस की सबब बनाया। थलो नांग लगा शिकारी ताई छुट्टा तीर लगा भाई बाजा, दोवें दुश्मन मर गए, गुग्गी सही सलामत बची उठे, तबाह कुदरत तेरी रब दी हुई, कुदरत रब दी हुई। गुग्गी बोले बच बचा गए खैर खरी उतना। कोई एक पैगाम आज दी पीढ़ी वास्ते जड़ी साड़ी आज दी नस्ल है, एक पैगाम होना वास्ते केड़ा कोई पैगाम जड़ा तुसी जिस तरह औलाद नु वालदैन दी खिदमत करनी चाहिदी तुसी पैगाम दिता, इस तो अलावा कोई होर एक जड़ा नाप तोल है अजकल ए बड़ी बहुत ज्यादा जरूरत है, मिलावट जड़ी है बहुत ज्यादा है। नहीं नहीं अज मैं जो हुन ना बैठे वे जो हुन बैठे मैं इंजे बैठा मैं दुकान ते चकवार मैं एक दुकानदार ना बंद के नाम उन्होंने जिन्हें ना मतलब लैन दिन कर इकराम नहीं पूरे पला है। हाँ अच्छा सुने तुसी कोई चीज सोच के रखी हुई जी जी। मैं उन्होंने गल पर सुना ना केड़ी गल पर सुना ना उन्हें मैं को ना पूछा तो कई अरसे बाद पूछा मैं जरा इस की याद आ गया वह इतने अरसे बाद ना अगर नहीं पूछा आई की ने जो उन्हें हिम्मत आ गई है पर ना नहीं पूछा लैन देन खान पीन आता सारा सज आया। मैं उन्हें ना दसिया कि ना दसिया इन सारे जानते हैं बाबा कुदरत शाह बादशाह सैयद है साढ़े फकर है बलों के उन्हें मेरा ना रखा नाजा। वाह जी वाह। उन्हें ना मैंने रखा नाजा ओ थे बैठे मैं चढ़िया ना उठ खड़े मेरा पुत्र नाजा आ गया, मेरा पुत्र नाजा आ गया उठ खड़ोना। फिर मैं कोल बहना मैं जफा पाना प्यार देने मेरा पुत्र नाजा आ गया, मेरा पुत्र नाजा आ गया ना मेरे माँ प्यो तो मम्मी की आवाज उन्हें मेरा ना नाजा रख दिता। मैं क्या हूँ मैं की करा बा मुड़े का ना भी ना वन आ गया तो माँ प्यो का भी ना वन जा हूँ करा की ये गल हूँ ही रही जी। मैं सुना ना छुट्टी कर लगा उत्थे मैं अंदर दुकाना ही खड़ो के मैं उन्हें बस दसना मैं आख्या मेरा ना सुना तो बस दस जिस टाइम मैं बस पूछा तुम बस मैं ना दस है भी सही उन्हें आख्या दसा वायदा हो गया। मैं उन्हें दसा ब मेरा ना है नाजा मंगू फकीर है, मेरा ना नाजा मंगू फकीर है, मिलियन दे पीर है, मिलियन दे पीर है, इनके वालिद का नाम खान बहादुर फकीर है, इनके दादे का नाम सुल्तान अमीर फकीर है, मुर्शिद मेरा सखी सुल्तान बहू है, अली मेरा पीर है। वाह जी वाह वाह जी वाह। बहुत वधिया लगा तुहाडे नाल गल करके, असी अज बहुत दूरों तुहानू मिलन वास्ते आए सां मिलन करन आए जी। तुसी देखिया कि असी हाजी निवास साहब दे नाल गल कीती ऑफ बलकसर एज नियर अबाउट 110 ईयर्स ओल्ड। They were very good memories before the partition 1947. Now, Dr. Dilpreet Singh ji, your maternal village, Balkasar, and your forefathers' memories related with the Northwest Punjab.
एंड होप यू इंजॉय दिस वीडियो। बहुत दिल अज खुश होया अज सादे दौर दे सादे लोकां दे नाल सादियां गल्लां करके। तुसी भी अगर अपने पुरखां दा घर देखना चाहुंदे हो, अगर तुसी अपना मैटरनल पिंड देखना चाहुंदे हो, तुहाडी हिस्टरी जुड़ी हुई है वैसट पंजाब दे नाल, ते तुसी रेडियो साडे आला नूं रिक्वेस्ट करो, असी तुहाडी फैमिली हिस्टरी जिहड़ी है रिकवर करांगे और असी तुहानूं जोड़ांगे तुहाडी हिस्टरी दे नाल। रब राखा, फिर हाज़र होवांगे किसी होर स्टोरी दे नाल। प्रोग्राम नूं याद रखना विछोड़ा। बहुत जल्द असी होर कहानियां भी लैके तुहाडे सामने हाज़र होवांगे। रब राखा।